ਪ੍ਰੋਗਰਾਮ ਟਾਕ ਔਨ ਟੈਕਸ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਜਿੱਦਾਂ ਕਿ ਹਰ ਹਫ਼ਤੇ ਅਸੀਂ ਤੁਹਾਡੇ ਲਈ ਟੈਕਸ ਨਾਲ ਰਿਲੇਟਡ ਜੋ ਵੀ ਤੁਹਾਡੇ ਕੁਐਸਚਨ ਨੇ, ਜੋ ਪ੍ਰੋਬਲਮਸ ਨੇ, ਉਹਨਾਂ ਨੂੰ ਸੋਲਵ ਕਰਨ ਦੇ ਲਈ ਇਹ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਅਤੇ ਜੋ ਤੁਹਾਡੇ ਮਨ ਦੇ ਵਿੱਚ ਕੁਛ ਕੁਐਸਚਨ ਹੁੰਦੇ ਨੇ, ਸ਼ੰਕਾਵਾਂ ਹੁੰਦੀਆਂ ਨੇ ਟੈਕਸ ਨੂੰ ਲੈ ਕੇ ਜਾਂ ਇਨਫੋਰਮੇਸ਼ਨ ਚਾਹੀਦੀ ਆ ਤੁਹਾਨੂੰ, ਤਾਂ ਤੁਸੀਂ ਇਸ ਪ੍ਰੋਗਰਾਮ ਜੁੜ ਕੇ ਜਿੱਥੇ ਉਹ ਇਨਫੋਰਮੇਸ਼ਨ ਲੈਂਦੇ ਹੋ, ਅਤੇ ਨਾਲ ਹੀ ਨਾਲ ਜੋ ਨਵੇਂ ਅਪਡੇਟਸ ਬਜਟ ਦੇ ਵਿੱਚ ਆਏ ਹੋਣ ਜਾਂ ਟੈਕਸ ਨੂੰ ਲੈ ਕੇ ਗਵਰਨਮੈਂਟ ਵੱਲੋਂ ਆਏ ਹੋਣ ਜਾਂ ਡਿਪਾਰਟਮੈਂਟ ਵੱਲੋਂ ਹੋਰ ਕਿਸੇ ਪਾਸੋਂ ਵੀ ਆਏ ਹੋਣ, ਉਹ ਤੁਹਾਨੂੰ ਨਾਲ ਦੀ ਨਾਲ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ। ਅਤੇ ਇਸ ਬਿਹਤਰ ਜਾਣਕਾਰੀ ਦੇਣ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਚਾਰਟਰਡ ਅਕਾਊਂਟੈਂਟ ਮੁਕੇਸ਼ ਗੇਰਾ ਜੀ। ਅਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਟਾਕ ਔਨ ਟੈਕਸ ਦੇ ਵਿੱਚ। ਥੈਂਕ ਯੂ ਸਰ। ਮੁਕੇਸ਼ ਜੀ, ਗੱਲ ਕਰਦੇ ਹਾਂ ਕਿ ਅੱਜ ਦਾ ਜਿਹੜਾ ਅਹਿਮ ਮੁੱਦਾ ਆ ਕਿ ਜਿਹੜੀ ਤਰੀਕ ਸੀ ਬੜੀ ਤੇਜ਼ੀ ਦੇ ਨਾਲ, ਇਨਕਮ ਟੈਕਸ ਰਿਟਰਨ ਦੀ ਲਾਸਟ ਡੇਟ ਜਿਹੜੀ ਆ ਸਿੰਗਲ ਬੰਦੇ ਦੀ, ਉਹ ਬੜੀ ਤੇਜ਼ੀ ਨਾਲ ਨੇੜੇ ਆ ਰਹੀ ਸੀ, ਅਤੇ ਅਨਾਊਂਸਮੈਂਟਸ ਹੋਈਆਂ ਨੇ। ਹੁਣ ਕਿਹੜੀ ਤਰੀਕ ਅਨਾਊਂਸ ਹੋਈ ਆ ਅਤੇ ਕਿਹੜੀ ਕਿਹੜੀ ਚੀਜ਼ਾਂ ਜਿਹੜਾ ਆ ਇੱਕ ਜਿਹੜਾ ਕਰਦਾਤਾ ਆ ਆਪਣੀ ਰਿਟਰਨ ਭਰਨ ਦੇ ਲਈ ਖਿਆਲ ਰੱਖੇ? ਇਸ ਤਰ੍ਹਾਂ ਜਿਹੜੇ ਇੰਡੀਵਿਜੁਅਲ ਸੀ ਜਿਹਨਾਂ ਦੀ ਸੈਲਰੀ ਦੀ ਰਿਟਰਨ ਸੀਗੀ ਜਾਂ ਜਿਹੜੇ ਆਡਿਟ ਕੇਸ 'ਚ ਨਹੀਂ ਆਉਂਦੇ ਸੀ, ਮਿਡਲ ਆਪਾਂ ਵਪਾਰੀ ਦੀ ਗੱਲ ਕਰ ਲਈ ਆਮ, ਉਹਦੀ ਜਿਹੜੀ ਹੁਣ ਤਰੀਕ ਹੈਗੀ ਆ ਉਹ 31 ਅਗਸਤ ਕਰ ਦਿੱਤੀ ਗਈ ਹੈ 31 ਜੁਲਾਈ ਤੋਂ ਲੈ ਕੇ। ਲੇਕਿਨ ਉਹਦੇ ਵਿੱਚ ਇੱਕ ਰਿਲੀਫ ਇਹੀ ਮਿਲਿਆ ਕਿ ਸਿਰਫ ਰਿਟਰਨ ਦੀ ਜਿਹੜੀ ਡੇਟ ਹੈ ਉਹੀ ਐਕਸਟੈਂਡ ਕੀਤੀ ਗਈ ਹੈ। ਜਿਹੜਾ ਟੈਕਸ ਹੈਗਾ ਆ ਟੈਕਸ ਤੁਸੀਂ 31 ਜੁਲਾਈ ਤੱਕ ਹੀ ਜਮ੍ਹਾਂ ਕਰਵਾਉਣਾ ਆ, ਅਦਰਵਾਈਜ਼ ਜਿਹੜਾ ਉਹਦੇ ਉੱਪਰ ਨਹੀਂ ਤਾਂ ਇੰਟਰਸਟ ਆ ਜੋ ਕਿ ਨੀਅਰ ਅਬਾਊਟ ਆਪਾਂ ਕਹਿ ਲਈਏ 3 ਸੈਕਸ਼ਨ ਦੇ ਅੰਡਰ ਲੱਗੇਗਾ, 234A, 234B, 234C, 3.25% ਹੋ ਜਾਂਦਾ ਆ। ਪਰ ਬੈਟਰ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਟੈਕਸ ਬਣਦਾ ਆ ਉਹ 31 ਜੁਲਾਈ ਤੋਂ ਪਹਿਲਾਂ ਜਮ੍ਹਾਂ ਕਰਾਓ, ਔਰ ਰਿਟਰਨ ਦੀ ਜਿਹੜੀ ਡੇਟ ਹੈ ਉਹ ਤੁਹਾਡੇ ਕੋਲ 31 ਅਗਸਤ ਹੈਗੀ ਆ, ਤੁਸੀਂ ਉਦੋਂ ਤੱਕ ਫਾਈਲ ਕਰਵਾ ਸਕਦੇ ਆ। ਉਹ ਜਿਹੜੀ ਪੈਨਲਟੀ ਹੈ ਜੇ ਇੱਕ ਆਪਾਂ ਲੇਟ ਫੀਸ ਦੀ ਗੱਲ ਕਰਦੇ ਹਾਂ, ਉਹ ਜਿਹੜੀ ਹੈ ਤੁਹਾਨੂੰ 31 ਅਗਸਤ ਤੱਕ ਨਹੀਂ ਲੱਗੇਗੀ, ਲੇਕਿਨ ਜਿਹੜਾ ਇੰਟਰਸਟ ਹੈ ਜੇ ਆਪਾਂ ਟੈਕਸ ਲੇਟ ਜਮ੍ਹਾਂ ਕਰਵਾਇਆ ਉਹ ਜ਼ਰੂਰ ਲੱਗੇਗਾ। ਜਿਹੜੇ ਆਡਿਟ ਕੇਸ ਆ ਫਰਮ ਨੇ ਜਾਂ ਹੋਰ ਕਿਸੇ ਵੀ ਤਰੀਕੇ ਦੇ ਜਿਹੜੇ ਆ, ਉਹਨਾਂ ਦੀਆਂ ਡੇਟਸ ਵੀ ਕੁਛ ਚੇਂਜ ਹੋਈਆਂ ਨੇ ਜਾਂ ਉਹੀ ਅਨਾਊਂਸ ਕੀਤੀਆਂ ਹੋਈਆਂ ਨੇ? ਨਹੀਂ, ਦੇਖੋ ਜਿਹੜੇ ਆਪਣਾ ਆਡਿਟ ਕੇਸ ਆ ਉਹਦੀ ਜਿਹੜੀ ਡੇਟ ਹੈ ਅਜੇ ਤੱਕ 30 ਸਤੰਬਰ ਹੈਗੀ ਆ, ਪਰ ਮੋਸਟ ਪ੍ਰੋਬਲੀ ਉਹ ਵੀ ਜਿਹੜੀ ਡੇਟ ਹੈ ਇੱਕ ਮੰਥ ਜਿਹੜੀ ਐਕਸਟੈਂਡ ਹੋਏਗੀ, ਉਹ ਵੀ 31 ਅਕਤੂਬਰ ਤੱਕ ਹੋ ਜਾਏਗੀ। ਇੱਕ ਸਾਡੇ ਦਰਸ਼ਕ ਨੇ, ਉਹਨਾਂ ਨੇ ਸਾਨੂੰ ਇੱਕ ਆਪਣਾ ਕੁਐਸਚਨ ਭੇਜਿਆ ਕਿ ਉਹ ਕਹਿੰਦੇ ਆ ਕਿ ਜੂਨ ਦੇ ਵਿੱਚ ਮੈਂ ਇਨਕਮ ਟੈਕਸ ਰਿਟਰਨ ਭਰੀ ਸੀ ਅਤੇ ਉਸ ਤੋਂ ਬਾਅਦ ਮੇਰਾ ਰਿਫੰਡ ਬਣਦਾ ਸੀ, ਅਤੇ ਪਰ ਹਜੇ ਤੱਕ ਰਿਫੰਡ ਨਹੀਂ ਆਇਆ। ਉਹ ਲੈਣ ਦੇ ਕੀ ਤਰੀਕੇ ਆ, ਮੈਂ ਕਿੱਥੋਂ ਚੈੱਕ ਕਰ ਸਕਦਾ ਕਿ ਮੇਰਾ ਕੋਈ ਬੈਂਕ ਡਿਟੇਲਸ ਗਲਤ ਨਾ ਗਈਆਂ ਹੋਣ ਜਾਂ ਕੁਛ ਹੋਰ ਨਾ ਹੋਵੇ? ਇੱਦਾਂ ਦੀਆਂ ਚੀਜ਼ਾਂ ਮੈਂ ਕਿਸ ਤਰੀਕੇ ਨਾਲ ਚੈੱਕ ਕਰ ਸਕਦਾ ਅਤੇ ਕਿਸ ਤਰੀਕੇ ਨਾਲ ਜਿਹੜਾ ਆਪਣਾ ਰਿਫੰਡ ਆ ਮੰਗਵਾ ਸਕਦਾ? ਹਾਂ, ਦੇਖੋ ਇਸ ਤਰ੍ਹਾਂ, ਅਗਰ ਤਾਂ ਤੁਸੀਂ ਖੁਦ ਆਪਣੀ ਰਿਟਰਨ ਫਾਈਲ ਕੀਤੀ ਹੈ, ਦੈਨ ਤੁਸੀਂ ਇਨਕਮ ਟੈਕਸ ਦੀ ਸਾਈਟ 'ਤੇ ਜਾ ਕੇ ਆਪਣਾ ਪੈਨ ਕਾਰਡ ਜਿਹੜਾ ਹੈਗਾ ਉੱਥੇ ਇੱਕ ਪੋਰਟਲ ਬਣਿਆ ਹੋਇਆ ਹੈ, ਉੱਥੇ ਜਾ ਕੇ ਚੈੱਕ ਕਰ ਸਕਦੇ ਹਾਂ ਕਿ ਤੁਹਾਡਾ ਰਿਫੰਡ ਜਿਹੜਾ ਇਸ਼ੂ ਹੋ ਗਿਆ ਕਿ ਨਹੀਂ ਹੋ ਗਿਆ। ਅਦਰਵਾਈਜ਼ ਤੁਸੀਂ ਇਹ ਦੇਖੋ ਕਿ ਤੁਸੀਂ ਜਿਹੜੀ ਰਿਟਰਨ ਆ ਉਹ ਕਿਸ ਤਰ੍ਹਾਂ ਵੈਰੀਫਾਈ ਕੀਤੀ ਸੀ, EBC ਕੀਤੀ ਸੀਗੀ ਕਿ ਆਪਣੀ ਸਾਈਨ ਕਰਕੇ ਭੇਜੀ ਹੈ? ਜੇ ਸਾਈਨ ਕਰਕੇ ਭੇਜੀ ਤਾਂ ਹੋ ਸਕਦਾ ਅਜੇ ਤੱਕ ਉਹ ਰਿਟਰਨ ਤੁਹਾਡੀ ਉੱਥੇ ਪਹੁੰਚੀ ਨਾ ਹੋਵੇ, ਇਸ ਕਰਕੇ ਪ੍ਰੋਸੈਸ ਨਹੀਂ ਹੋਏਗੀ। ਅਦਰਵਾਈਜ਼ ਜੇ ਤੁਸੀਂ ਪੋਰਟਲ 'ਤੇ ਚੈੱਕ ਕਰੋਗੇ, ਜੇ ਉੱਥੇ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਹਾਨੂੰ ਇੱਕ ਈਮੇਲ ਜਾਂ ਤੁਹਾਡਾ ਫੋਨ ਨੰਬਰ ਜਿਹੜਾ ਹੈਗਾ ਉਹਦੇ ਉੱਪਰ ਮੈਸੇਜ ਆ ਜਾਏਗਾ, ਜਿਹੜਾ ਰਜਿਸਟਰਡ ਫੋਨ ਨੰਬਰ ਉੱਥੇ ਮੈਸੇਜ ਆ ਜਾਏਗਾ ਕਿ ਆਹ ਪ੍ਰੋਬਲਮ ਹੈਗੀ, ਉਹ ਪ੍ਰੋਬਲਮ ਸੋਲਵ ਕਰ ਲਓ, ਉਸ ਤੋਂ ਬਾਅਦ ਤੁਹਾਡਾ ਜਿਹੜਾ ਰਿਫੰਡ ਹੈ ਉਹ ਆ ਜਾਏਗਾ। ਇੱਕ ਹੋਰ ਸਾਡੇ ਦਰਸ਼ਕ ਨੇ, ਇਹਨਾਂ ਨੇ ਵੀ ਇੱਕ ਅਲੱਗ ਜਿਹਾ ਇਹਨਾਂ ਦਾ ਕੇਸ ਆਇਆ ਕਿ ਇਹਨਾਂ ਨੇ ਰਿਟਰਨ ਭਰੀ ਸੀ, ਸਿਗਨੇਚਰ ਵਾਲੀ ਰਿਟਰਨ ਜਿਹੜੀ, ਉਸਨੂੰ ਭਰਿਆ ਸੀ ਅਤੇ ਫਿਲ ਕਰ ਦਿੱਤੀ, ਉਹ ਰਿਸੀਵਡ ਹੋ ਗਈ, ਲੇਕਿਨ ਉਸ ਤੋਂ ਬਾਅਦ ਵੀ ਜੇ ਉਹ ਦੁਬਾਰਾ ਖੋਲ੍ਹਦੇ ਨੇ ਤਾਂ ਉਸ ਦੇ ਉੱਤੇ ਇਹ ਆਉਂਦਾ ਕਿ ਡਾਕੂਮੈਂਟਸ ਇਹ ਜਿਹੜੇ ਆ ਉਹ ਸਹੀ ਨਹੀਂ ਹੈਗੇ, ਅਤੇ ਉਹ ਕਹਿੰਦੇ ਕਿ ਮੇਰੀ ਜਿਹੜੀ ਰਿਟਰਨ ਆ ਉਹ ਜਾ ਚੁੱਕੀ ਆ ਜਾਂ ਮੈਨੂੰ ਹੋਰ ਕੁਛ ਕਰਨਾ ਪਏਗਾ, ਅਤੇ ਜਦੋਂ ਇਹ ਵੈਲਿਡ ਆ ਤਾਂ ਫਿਰ ਇੱਦਾਂ ਕਿਉਂ ਲਿਖ ਕੇ ਆ ਰਿਹਾ? ਦੇਖੋ ਇਸ ਤਰ੍ਹਾਂ, ਗੌਰਮੈਂਟ ਜਿਹੜਾ ਆ ਆਪਣੇ ਸੈਂਟਰਲ ਗੌਰਮੈਂਟ ਦੀ ਗੱਲ ਕਰੀਏ, ਉਹ ਇਹ ਕਹਿ ਰਿਹਾ ਕਿ ਇਲੈਕਟ੍ਰੋਨਿਕ ਜਿਹਨੂੰ ਆਪਾਂ ਡਿਜੀਟਲ ਕਹਿ ਦਿੰਦੇ ਹਾਂ, ਡਿਜੀਟਲਾਈਜੇਸ਼ਨ ਨੂੰ ਜਾ ਰਿਹਾ ਆਪਣਾ ਜਿਹੜਾ ਇੰਡੀਆ ਹੈਗਾ ਆ, ਉਹ ਇਹ ਕਹਿ ਰਿਹਾ ਕਿ ਜੋ ਵੀ ਤੁਸੀਂ ਜਿਹੜੀ ਰਿਟਰਨ ਹੈਗੀ ਆ ਫਾਈਲ ਕੀਤੀ ਹੈਗੀ ਉਹਨੂੰ ਡਿਜੀਟਲ ਸਾਈਨ ਕਰੋ। ਡਿਜੀਟਲ ਸਾਈਨਿੰਗ ਜਾਂ ਤਾਂ ਤੁਹਾਡੇ ਕੋਲ ਜਿਹੜਾ ਆ ਮੋਬਾਈਲ ਆਧਾਰ ਕਾਰਡ ਨਾਲ ਰਜਿਸਟਰਡ ਹੋਣਾ ਚਾਹੀਦਾ, ਜਿੱਥੇ ਇੱਕ ਮੈਸੇਜ ਹੈਗਾ ਤੁਹਾਨੂੰ ਜਿਹਨੂੰ ਆਪਾਂ OTP 1-time password ਕਹਿ ਦਿੰਦੇ ਹਾਂ, ਉਹ ਆਉਣ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਰਿਟਰਨ ਉਹ ਡਿਜੀਟਲੀ ਸੈਂਡ ਕਰ ਸਕਦੇ ਹਾਂ, ਜਾਂ ਤੁਹਾਡਾ ਜਿਹੜਾ ਬੈਂਕ ਅਕਾਊਂਟ ਆ ਉਹਦੇ ਨਾਲ ਜਿਹੜਾ ਤੁਹਾਡਾ ਮੋਬਾਈਲ ਨੰਬਰ ਅਟੈਚ ਹੈ ਉਹ ਪ੍ਰੀ ਵੈਲੀਡੇਟ ਹੋਣਾ ਚਾਹੀਦਾ, ਉਹਦੇ ਥਰੂ ਵੀ ਆਪਾਂ ਇਹਨੂੰ EBC ਕਰ ਸਕਦੇ ਹਾਂ, ਇੱਕ ਮੈਸੇਜ ਆ ਜਾਏਗਾ। ਅਦਰਵਾਈਜ਼ ਤੁਸੀਂ ਡਿਜੀਟਲ ਸਿਗਨੇਚਰ ਨਾ ਕਰ ਸਕਦੇ ਹਾਂ, ਉਹ EBC ਹੋ ਜਾਏਗੀ। ਲੇਕਿਨ ਅਗਰ ਤੁਸੀਂ ਇਹਨਾਂ 3 ਪ੍ਰੋਸੈਸ ਨਾਲ ਨਹੀਂ ਰਿਟਰਨ ਕੀਤੀ ਹੋਈ, ਤੁਸੀਂ ਰਿਟਰਨ ਸਾਈਨ ਕਰਕੇ ਉੱਪਰ ਭੇਜਦੇ ਹਾਂ, ਉਹਦੇ ਉੱਪਰ ਇਹ ਲਿਖਿਆ ਆ ਜਾਏਗਾ ਜਦ ਤੱਕ ਰਿਟਰਨ ਉੱਥੇ ਰਿਸੀਵ ਨਹੀਂ ਹੋਏਗੀ, ਉਹ ਇਹੀ ਲਿਖਿਆ ਆਏਗਾ ਇਟ ਇਜ਼ ਨੋਟ ਏ ਪਰੂਫ ਆਫ ਇਨਕਮ। ਉੱਥੇ ਰਿਸੀਵ ਹੋਣ ਤੋਂ ਬਾਅਦ ਤੁਹਾਨੂੰ ਮੈਸੇਜ ਆ ਜਾਏਗਾ ਕਿ ਰਿਟਰਨ ਤੁਹਾਡੀ ਰਿਸੀਵ ਹੋ ਗਈ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹ ਰਿਟਰਨ ਪ੍ਰੋਸੈਸ ਕਰਦੇ ਆ। ਪ੍ਰੋਸੈਸ ਕਰਨ ਤੋਂ ਬਾਅਦ ਤੁਹਾਨੂੰ ਜਿਹੜੀ ਇੰਟੀਮੇਸ਼ਨ ਹੈਗੀ ਆ ਉਹ ਤੁਹਾਡੀ ਈਮੇਲ 'ਤੇ ਆ ਜਾਏਗੀ,
ਉਹ ਜਦੋਂ ਵੀ ਕੋਈ ਤੁਸੀਂ ਆਪਣੀ ਰਿਟਰਨ ਜਿਹੜੀ ਵੈਰੀਫਾਈ ਕਰਵਾਉਣੀ ਹੈ ਉਹ ਰਿਸਿਪਟ ਐਂਡ ਇੰਟੀਮੇਸ਼ਨ ਨਾਲ ਲਗਾਉਣੀ ਪਏਗੀ, ਤਦ ਤੁਹਾਡੀ ਜਿਹੜੀ ਰਿਟਰਨ ਹੈ ਉਹ ਵੈਲਿਡ ਹੋਏਗੀ। ਇੱਕ ਕਿਸੇ ਨੇ ਸਾਨੂੰ ਇੱਕ ਵਟਸਐਪ ਦੇ ਉੱਪਰ ਭੇਜਿਆ, ਉਹ ਕਲਾਕਾਰ ਨੇ, ਐਕਟਰ ਨੇ, ਅਤੇ ਉਹ ਕਹਿੰਦੇ ਕਿ ਮੈਂ ਫਸਟ ਟਾਈਮ ਪਹਿਲਾਂ ਮੈਂ ਇੱਥੇ ਆਪਣੀ ਰਿਟਰਨ ਭਰਦਾ, ਸਭ ਕੁਛ ਠੀਕ ਆ, ਲੇਕਿਨ ਮੈਂ ਤਕਰੀਬਨ ਥੋੜ੍ਹੇ ਟਾਈਮ ਦੇ ਲਈ, ਮਹੀਨੇ ਡੇਢ ਜਾਂ ਦੋ ਮਹੀਨੇ ਦੇ ਲਈ ਵਰਕ ਪਰਮਿਟ ਦੇ ਉੱਤੇ ਸ਼ੋਅ ਕਰਨ ਦੇ ਲਈ ਫੋਰਨ ਗਿਆ ਸੀ, ਅਤੇ ਉੱਥੇ ਜੋ ਮੈਨੂੰ ਉਹਨਾਂ ਨੇ ਇਨਸੈਂਟਿਵ ਦਿੱਤਾ ਜਾਂ ਮੈਨੂੰ ਉਹਨਾਂ ਨੇ ਚਾਰਜਿਸ ਦਿੱਤੇ ਆ, ਕੀ ਮੈਂ ਉਹ ਇੱਥੇ ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਸ਼ੋਅ ਕਰਨੇ ਜ਼ਰੂਰੀ ਆ ਕਿ ਨਹੀਂ, ਜਾਂ ਉਹ ਵਿਦੇਸ਼ ਵਿੱਚ ਕਮਾਈ ਹੋਈ ਇਨਕਮ ਜਿਹੜੀ ਆ ਮੈਨੂੰ ਇੱਥੇ ਸ਼ੋਅ ਕਰਨ ਦੀ ਜ਼ਰੂਰਤ ਨਹੀਂ ਹੈਗੀ? ਦੇਖੋ, ਇਸ ਤਰ੍ਹਾਂ ਤੁਸੀਂ ਕਿਹੜੀ ਕੰਟਰੀ ਗਏ ਸੀਗੇ ਡਿਪੈਂਡ ਉਹਦੇ ਉੱਪਰ ਕਰੇਗਾ। ਸਾਡਾ ਨੀਅਰ ਅਬਾਊਟ ਕਾਫੀ ਕੰਟਰੀਸ ਨਾਲ ਜਿਹੜਾ ਇਨਕਮ ਟੈਕਸ ਦਾ ਹੈ, ਡਬਲ ਟੈਕਸੇਸ਼ਨ ਇੱਕ DTA ਟੈਕਸ ਹੈਗਾ ਜਿਹਦੇ ਅੰਡਰ ਅਸੀਂ ਡਬਲ ਟੈਕਸੇਸ਼ਨ ਅਵੋਇਡੈਂਸ ਐਕਟ ਜਿਹੜਾ ਹੈ ਉਹ ਪਾਸ ਹੋਇਆ ਹੋਇਆ, ਉਹਦੇ ਅਕੋਰਡਿੰਗ ਕੀ ਅਗਰ ਮੈਂ ਬਾਹਰੋਂ ਇਨਕਮ ਅਰਨ ਕਰਕੇ ਆਇਆ ਤਾਂ ਇਨਕਮ ਮੈਨੂੰ ਇੱਥੇ ਸ਼ੋਅ ਕਰਨੀ ਪਏਗੀ। ਲੇਕਿਨ ਅਗਰ ਤੁਹਾਡਾ ਫੋਰਨ ਦੇ ਵਿੱਚ ਉਸ ਇਨਕਮ ਦੇ ਉੱਪਰ TDS ਕੱਟਿਆ ਗਿਆ ਆ, ਦੈਨ ਜਿਹੜਾ ਤੁਹਾਨੂੰ ਇੱਥੇ ਟੈਕਸ ਦੀ ਰਿਬੇਟ ਮਿਲ ਜਾਏਗੀ। ਇਨਕਮ ਸ਼ੋਅ ਕਰਨਾ ਜ਼ਰੂਰੀ ਹੈ, ਇਨਕਮ ਸ਼ੋਅ ਕਰਨਾ ਜ਼ਰੂਰੀ ਹੈ, ਬੇਸ਼ੱਕ ਕਿੰਨੀ ਵੀ ਹੋਵੇ। ਸਰ, ਜਿਹੜਾ ਇੰਡੀਅਨ ਰੈਜੀਡੈਂਟ ਹੈ, ਜੇ ਉਹਦੇ ਕੋਲ ਫੋਰਨ ਵਿੱਚ ਕੋਈ ਪ੍ਰੋਪਰਟੀ ਵੀ ਪਈ ਹੈ, ਜਿੱਥੋਂ ਉਹਨੂੰ ਕੋਈ ਰੈਂਟ ਆ ਰਿਹਾ ਜਾਂ ਉਹਦੇ ਕੋਈ ਬੈਂਕ ਇਨਵੈਸਟਮੈਂਟ ਹੈਗੀ, ਉੱਥੋਂ ਇੰਟਰਸਟ ਆ ਰਿਹਾ, ਉਹ ਵੀ ਸਾਨੂੰ ਸ਼ੋਅ ਕਰਨਾ ਜ਼ਰੂਰੀ ਹੈ, ਮੈਂਡੇਟਰੀ। ਅੱਛਾ, ਮੈਂਡੇਟਰੀ ਆ ਅਗਰ ਉਹ ਇੰਡੀਅਨ ਸਿਟੀਜ਼ਨ ਆ ਤਾਂ? ਇੰਡੀਅਨ ਸਿਟੀਜ਼ਨ ਹੈ, ਇੰਡੀਅਨ ਰੈਜੀਡੈਂਟ ਹੈ, ਉਹ ਆਪਣੀ ਰਿਟਰਨ ਦੇ ਵਿੱਚ ਅਗਰ ਉੱਥੇ ਰਿਟਰਨ ਭਰਦਾ ਫਿਰ ਠੀਕ ਆ, ਫਿਰ ਸਰ ਉਹਨਾਂ ਕੋਈ ਪ੍ਰੋਬਲਮ। ਲੇਕਿਨ ਇਸੇ ਤਰ੍ਹਾਂ ਹੀ ਆ, ਫੋਰਨ ਦੇ ਵਿੱਚ ਹੈਗਾ ਤਾਂ ਆਪਣੇ ਇੰਡੀਅਨ ਇਨਵੈਸਟਮੈਂਟ, ਅਤੇ ਜੇ ਸਪੋਜ਼ ਕਰੋ ਉੱਥੇ ਕਿਸੇ ਦੀ ਕੋਈ ਵਿਜ਼ਟਰ ਜਾਂਦਾ ਉਹਦੀ ਉੱਥੇ ਲੋਟਰੀ ਨਿਕਲ ਜਾਂਦੀ ਹੈ, ਤਾਂ ਉਹਨੂੰ ਇੰਡੀਆ ਗਵਰਨਮੈਂਟ ਨੂੰ ਆ ਕੇ ਟੈਕਸ ਦੇਣਾ ਪਏਗਾ ਉਹਦਾ? ਸਰ, ਇਸ ਤਰ੍ਹਾਂ ਉੱਥੇ 30% ਟੈਕਸ ਕੱਟ ਲਿਆ ਜਾਏਗਾ ਜਾਂ ਜੋ ਉੱਥੇ ਦਾ ਸਲੈਬ ਹੋਏਗਾ, ਠੀਕ ਹੈ। ਉਸ ਤੋਂ ਬਾਅਦ ਇੰਡੀਆ ਵਿੱਚ ਉਹੀ DTA ਡਬਲ ਟੈਕਸੇਸ਼ਨ ਅਵੋਇਡੈਂਸ ਐਕਟ ਹੈਗਾ ਆ, ਉਹਦੇ ਅੰਦਰ ਜੋ ਟੈਕਸ ਬਣੇਗਾ ਉਹ ਦੇਗਾ ਮਿਨੀਮਮ, ਮਿਨੀਮਮ ਦੇਗਾ, ਜਿੱਥੇ ਇੱਕ ਵਾਰ ਟੈਕਸ ਲੱਗ ਚੁੱਕਾ, ਜਿੱਥੇ ਇੱਕ ਵਾਰ ਇਨਕਮ ਦੇ ਉੱਪਰ ਟੈਕਸ ਲੱਗਿਆ ਸੈਕਿੰਡ ਟਾਈਮ ਅਸੀਂ ਟੈਕਸ ਨਹੀਂ ਲੈ ਸਕਦੇ, ਇਹ ਰੂਲ ਹੈ। ਅਤੇ ਇੱਕ ਦਰਸ਼ਕ ਨੇ ਸਾਨੂੰ ਭੇਜਿਆ ਹੈ ਕਿ ਉਹਨਾਂ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਜਿਹੜਾ ਆ ਆਪਸ ਦੇ ਵਿੱਚ ਲਿੰਕ ਨਹੀਂ ਹੋ ਰਹੇ, ਉਹ ਕਿਸ ਤਰੀਕੇ ਨਾਲ ਲਿੰਕ ਹੋ ਸਕਦੇ ਅਤੇ ਕੀ ਪ੍ਰੋਬਲਮਸ ਆ ਰਹੀਆਂ, ਕਿ ਕਿਉਂ ਨਹੀਂ ਲਿੰਕ ਹੋ ਰਹੇ? ਸਰ, ਨੋਰਮਲੀ ਇਹ ਕਿ ਇਨਕਮ ਟੈਕਸ ਜਿਹੜਾ 2019-20 ਦੀ ਰਿਟਰਨ ਹੈਗੀ ਹੈ, ਇਹਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਜੇ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਨਾਲ ਲਿੰਕ ਹੈ ਤਦ ਹੀ ਤੁਹਾਡੀ ਰਿਟਰਨ ਜਿਹੜੀ ਫਾਈਲ ਹੋਏਗੀ, ਅਦਰਵਾਈਜ਼ ਤੁਹਾਡੀ ਜਿਹੜੀ ਰਿਟਰਨ ਹੈ ਉਹ ਫਾਈਲ ਨਹੀਂ ਹੋਏਗੀ। ਔਰ ਇਸ ਕੇਸ 'ਚ ਕਾਫੀ ਉਹਨੂੰ ਪ੍ਰੋਬਲਮਸ ਆ ਰਹੀ ਹੈ, ਕਿਸੇ ਡੇਟ ਆਫ ਬਰਥ ਪੈਨ ਕਾਰਡ ਦੇ ਉੱਪਰ ਕੁਛ ਹੋਰ ਹੈ, ਆਧਾਰ ਕਾਰਡ ਦੇ ਉੱਪਰ ਕੁਛ ਹੋਰ ਹੈਗੀ ਹੈ, ਜਾਂ ਕਿਸੇ ਜਿਹੜੇ ਨੇਮ ਦੇ ਸਪੈਲਿੰਗ ਹੈਗੇ ਆਧਾਰ ਕਾਰਡ 'ਤੇ ਕੁਛ ਹੋਰ ਹੈ, ਪੈਨ ਕਾਰਡ 'ਤੇ ਕੁਛ ਹੋਰ ਹੈਗੇ ਆ, ਉਹ ਤੁਸੀਂ ਦੋਨੇ ਆਪਣੇ ਕੋਲ ਰੱਖੋ। ਔਰ ਉਹਦੇ ਨਾਲ ਹੀ ਦੇਖੋ ਜਿਹੜੇ ਤੁਸੀਂ 10th ਕੀਤੀ ਹੋਈ ਹੈ, ਤੁਹਾਡਾ ਜਿਹੜਾ 10th ਦਾ ਸਰਟੀਫਿਕੇਟ ਆ ਉਹਦੇ ਉੱਪਰ ਡੇਟ ਆਫ ਬਰਥ ਕੀ ਹੈਗੀ ਹੈ, ਉਹਦੇ ਉੱਪਰ ਨੇਮ ਕੀ ਹੈਗਾ ਆ, ਉਹਨੂੰ ਆਪਾਂ ਟੈਲੀ ਕਰੋ, ਜੋ ਤੁਹਾਡਾ ਸਹੀ ਹੈਗਾ ਆ ਉਹਨੂੰ ਸਹੀ ਕਰਾਓ। ਮੰਨ ਲਓ ਜੇ ਤੁਹਾਡਾ ਆਧਾਰ ਕਾਰਡ ਗਲਤ ਹੈਗਾ ਤਾਂ ਸੁਵਿਧਾ ਸੈਂਟਰ ਜਾ ਕੇ ਆਧਾਰ ਕਾਰਡ ਕਰੈਕਸ਼ਨ ਕਰਾਓ, ਅਗਰ ਤੁਹਾਡਾ ਪੈਨ ਕਾਰਡ ਗਲਤ ਹੈਗਾ ਤਾਂ ਪੈਨ ਕਾਰਡ ਸਰਵਿਸ ਸੈਂਟਰ ਹੈਗੇ ਆ, ਉੱਥੇ ਜਾ ਕੇ ਆਪਣੇ ਟੈਕਸ ਐਕਸਪਰਟਸ ਜਾਂ ਐਡਵੋਕੇਟ ਜਾਂ ਲੀਗਲ ਕੰਸਲਟੈਂਟ ਜਿਹੜੇ ਤੁਹਾਡੇ ਕੋਲ ਹੈਗੇ ਆ ਜਾਂ CA ਕਿਸੇ ਕੋਲ ਵੀ ਜਾ ਕੇ ਆਪਣਾ ਪੈਨ ਕਾਰਡ ਸਹੀ ਕਰਾਓ। ਔਰ ਜਦ ਤੱਕ ਉਹ ਸਹੀ ਨਹੀਂ ਹੋਏਗਾ ਤੁਹਾਡੀ ਜਿਹੜੀ ਰਿਟਰਨ ਉਹ ਫਾਈਲ ਨਹੀਂ ਹੋਏਗਾ, ਐਂਡ ਯੂ ਵਿਲ ਹੈਵ ਟੂ ਪੇ ਦਾ ਪੈਨਲਟੀ ਅਗਰ ਕੱਲ੍ਹ ਰਿਟਰਨ ਲੇਟ ਹੋ ਜਾਂਦੀ। ਅਤੇ ਜਿਹੜੀਆਂ ਆਪਣੇ ਸੰਸਥਾਵਾਂ ਨੇ, ਆਪਾਂ ਸੰਸਥਾਵਾਂ ਦੇ ਵਿਸ਼ੇਸ਼ ਪ੍ਰੋਗਰਾਮ ਵੀ ਕੀਤਾ ਸੀ, ਇਸ ਕਰਕੇ ਉਹਨਾਂ ਦਾ ਵੀ ਸਾਡੇ ਵੱਲ ਨਿਗਾਹ ਰਹਿੰਦੀ ਵੀ ਇਹਨਾਂ ਲਈ ਕੀ ਕਾਨੂੰਨ ਆ ਸਾਡੇ ਦੱਸਦੇ ਆ, ਉਹਨਾਂ ਦੀ ਰਿਟਰਨ ਭਰਨ ਦੀ ਲਾਸਟ ਤਰੀਕ ਕੀ ਆ? ਸਰ, ਉਹ ਜੇ ਆਡਿਟ ਕੇਸ ਹੈਗਾ ਦੈਨ ਉਹੀ 30 September ਹੈਗੀ ਹੈ, ਜੇ ਨੋਨ ਆਡਿਟ ਕੇਸ ਹੈ ਦੈਨ 31 July। ਅੱਛਾ, ਫਿਰ ਸਿੰਪਲ ਜਿਹੜੀ ਹੈ ਜੁਲਾਈ ਹੈ, ਸਿੰਪਲ 31 July ਸੀ, ਹੁਣ ਅਗਸਤ ਹੋ ਗਈ ਹੈ। ਬਿਲਕੁਲ, ਹੁਣ ਅਗਸਤ ਹੋ ਗਈ ਹੈ, ਲੇਕਿਨ ਟਰਾਈ ਇਹ ਕਰੋਗੇ 31 July ਤੱਕ ਤੁਸੀਂ ਜਿਹੜਾ ਭਰ ਦੇਣੀ ਚਾਹੀਦੀ ਹੈ ਟਾਈਮ ਦੇ ਨਾਲ, ਅੱਗੇ ਤੋਂ ਵੀ ਆਦਤ ਪੈ ਜਾਂਦੀ ਹੈ। ਸਰ, ਨਹੀਂ ਆਦਤ ਨਹੀਂ ਪੈ ਜਾਂਦੀ, ਪ੍ਰੋਬਲਮ ਕੀ ਹੈ ਕਿ ਜਿਹਨਾਂ 'ਤੇ ਆਪਾਂ ਟਰਸਟ ਦੀ ਗੱਲ ਕਰੀਏ, ਜਿਹੜੀ ਟੈਕਸੇਬਲ ਇਨਕਮ ਹੈਗੀ ਹੈ, ਤੁਸੀਂ ਇਹ ਦੇਖੋ 10,000 ਤੋਂ ਉੱਪਰ ਜਿੰਨਾ ਵਿਆਜ ਹੋਏਗਾ ਉੱਥੇ 3.25% ਦੇ ਅਕੋਰਡਿੰਗ ਟੈਕਸ ਲੈਣਾ ਉਹਨਾਂ ਨੇ, ਵਿਆਜ ਲੈਣਾ, ਆਪਾਂ ਲੋਸ ਕਦੇ ਕਰਵਾਉਣਾ ਕਿਸੇ ਦਾ ਵੀ। ਅਤੇ ਮੈਂ, ਹਾਂਜੀ, ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸਾਡਾ ਪ੍ਰੋਗਰਾਮ ਆ, ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਭਾਵੇਂ ਤੁਸੀਂ ਕੈਨੇਡਾ ਬੈਠੇ ਹੋ, ਅਮੈਰੀਕਾ ਬੈਠੇ ਹੋ, ਆਸਟ੍ਰੇਲੀਆ, ਨਿਊਜ਼ੀਲੈਂਡ ਬੈਠੇ ਹੋਵੋ, ਤੁਸੀਂ ਉੱਥੇ ਵੀ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ। ਅਤੇ ਉਸ ਤੋਂ ਇਲਾਵਾ ਜਿਹੜਾ ਯੂਟਿਊਬ ਦੇ ਉੱਤੇ ਬੇਸ਼ੱਕ ਤੁਸੀਂ ਟਾਕ ਔਨ ਟੈਕਸ ਸਰਚ ਕਰ ਸਕਦੇ ਹੋ, ਨਵਰੰਗ TV ਸਰਚ ਕਰ ਸਕਦੇ ਹੋ, ਉਸ ਦੇ ਉੱਤੇ ਤੁਸੀਂ ਜਦੋਂ ਮਰਜ਼ੀ ਇਹ ਪ੍ਰੋਗਰਾਮ ਦੇਖ ਕੇ ਤੁਸੀਂ ਉੱਥੋਂ ਆਪਣੀ ਜਿਹੜੀ ਜਾਣਕਾਰੀ ਆ, ਜੇ ਕੋਈ ਤੁਹਾਡੀ ਚੱਲਦੇ ਪ੍ਰੋਗਰਾਮ ਵਿੱਚ ਮਿਸ ਵੀ ਹੋ ਜਾਂਦੀ ਆ, ਤਾਂ ਤੁਸੀਂ ਯੂਟਿਊਬ ਦੇ ਉੱਤੇ ਜਾ ਕੇ ਆਪਣੀ ਜਾਣਕਾਰੀ ਨੂੰ ਦੁਬਾਰਾ ਜਿਹੜਾ ਆ ਆਪਣਾ ਵਾਧਾ ਕਰ ਸਕਦੇ ਹੋ। ਅਤੇ ਨਾਲ ਹੀ ਨਾਲ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਥੱਲੇ ਜਿਹੜੇ ਆ ਹੈਲਪਲਾਈਨ ਨੰਬਰ ਚੱਲ ਰਹੇ ਆ, ਹੈਲਪਲਾਈਨ ਨੰਬਰ ਦੇ ਉੱਤੇ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਕਿਸੇ ਵੀ ਟੈਕਸ ਨੂੰ ਲੈ ਕੇ ਕੋਈ ਵੀ ਸ਼ੰਕਾ ਹੋਵੇ, ਜਾਂ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਸੰਬੰਧ ਵਿੱਚ ਕੋਈ ਸੁਝਾਅ ਦੇਣੇ ਚਾਹੋ, ਜਾਂ ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਚਾਹੋ, ਤੁਸੀਂ ਉਸ ਹੈਲਪਲਾਈਨ ਨੰਬਰ ਦੇ ਉੱਤੇ ਕਾਲ ਕਰਕੇ
ਤੁਸੀਂ ਉਸ ਨੰਬਰ ਦੇ ਉੱਤੇ ਆਡੀਓ ਵੀਡੀਓ ਮੈਸੇਜ ਜਾਂ ਲਿਖ ਕੇ ਮੈਸੇਜ ਪਾ ਕੇ ਆਪਣਾ ਸਵਾਲ ਤੁਸੀਂ ਦੱਸ ਸਕਦੇ ਹੋ। ਉਸ ਸਵਾਲ ਨੂੰ ਤੁਹਾਡੇ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾਏਗਾ। ਹਾਂ, ਅਗਰ ਜ਼ਰੂਰੀ ਹੋਈ ਕੋਈ ਐਮਰਜੈਂਸੀ ਵਾਲਾ ਕੁਐਸਚਨ ਹੋਇਆ ਤਾਂ ਉਹਦਾ ਤੁਰੰਤ ਜਿਹੜਾ ਆ ਉਸੇ ਟਾਈਮ ਜਵਾਬ ਜਿਹੜਾ ਆ ਉਹ ਦਿੱਤਾ ਜਾਏਗਾ। ਅਤੇ ਮੁਕੇਸ਼ ਜੀ, ਲੋਕਾਂ ਨੂੰ ਸੁਵਿਧਾ ਮਿਲਦੀ ਹੈ ਜਿੱਦਾਂ ਜਿੱਦਾਂ ਕਿ ਇੱਕ ਡਿਜੀਟਲ ਜ਼ਮਾਨਾ ਆ ਰਿਹਾ, ਮੋਬਾਈਲ ਹਰੇਕ ਦੇ ਹੱਥ ਵਿੱਚ ਆ, ਜਦੋਂ ਮਰਜ਼ੀ ਸਾਡਾ ਇਹ ਪ੍ਰੋਗਰਾਮ ਆ ਉਹ ਦੇਖ ਸਕਦੇ ਆ। ਸਾਨੂੰ ਹੈਲਪਲਾਈਨ ਨੰਬਰ ਦੇ ਉੱਤੇ ਜਿਹੜਾ ਆਪਣਾ ਮੈਸੇਜ ਆ ਉਹ ਭੇਜ ਸਕਦੇ ਹਾਂ। ਟਰਾਈ ਸਾਡੀ ਇਹੀ ਹੁੰਦੀ ਕਿ ਜਦੋਂ ਕੋਈ ਕੁਐਰੀ ਆਉਂਦੀ ਉਹਨੂੰ ਜੇ ਸੋਲਵ ਵਾਲੀ ਹੋਵੇ ਅਸੀਂ ਉਸੇ ਵੇਲੇ ਸੋਲਵ ਕਰਕੇ ਕੋਸ਼ਿਸ਼। ਅਤੇ ਇੱਕ ਸੱਜਣ ਨੇ ਉਹਨਾਂ ਦਾ ਕਹਿਣਾ ਆ ਕਿ ਉਹਨਾਂ ਦਾ ਫੋਰਮ 16 ਅਤੇ ਫੋਰਮ 26 ਜਿਹੜੇ ਆ ਉਹ ਆਪਸ ਦੇ ਵਿੱਚ ਮੈਚ ਨਹੀਂ ਕਰ ਰਹੇ, ਕਹਿੰਦੇ ਮੈਚ ਕਿੱਦਾਂ ਕਰਾਉਣੇ ਆ ਜੀ? ਸਰ, ਇਸ ਤਰ੍ਹਾਂ ਜਿਹੜਾ ਫੋਰਮ 16 ਹੈਗਾ ਆ ਉਹ ਤੁਹਾਨੂੰ ਬੈਂਕ ਤੋਂ ਮਿਲਦਾ ਜਾਂ ਜਿੱਥੇ ਤੁਸੀਂ ਜੋਬ ਕਰਦੇ ਹਾਂ ਤੁਹਾਡਾ ਇੰਪਲੋਇਰ ਦਿੰਦਾ ਹੈਗਾ ਆ, ਠੀਕ ਹੈ। ਤੁਸੀਂ ਇਹ ਚੈੱਕ ਕਰੋ ਸਾਨੂੰ ਪਹਿਲਾਂ ਫੋਰਮ 16 ਜਿਹੜਾ ਹੈਗਾ ਕੰਪਿਊਟਰਾਈਜ਼ ਤੁਹਾਨੂੰ ਹੈ ਕਿ ਜਿਹੜਾ ਆਫਲਾਈਨ ਦਿੱਤਾ ਗਿਆ ਆ। ਜੇ ਆਫਲਾਈਨ ਦਿੱਤਾ ਦੈਨ ਤੁਹਾਡੀ 26 AS ਨਾਲ ਉਹਦੀ ਮਿਸਮੈਚ ਹੋ ਸਕਦਾ ਆ, ਲੇਕਿਨ ਜੇ ਅਗਰ ਜਿਹੜਾ ਫੋਰਮ ਹੈਗਾ ਆਨਲਾਈਨ ਹੈਗਾ ਆ ਦੈਨ ਤੁਹਾਡਾ ਮਿਸਮੈਚ ਨਹੀਂ ਹੋਏਗਾ। ਤੁਸੀਂ ਆਪਣਾ ਚੈੱਕ ਕਰੋ ਕਿ ਕੀ ਪ੍ਰੋਬਲਮ ਆਈ, ਤੁਹਾਡਾ ਪੈਨ ਕਾਰਡ ਕਿਤੇ ਨੰਬਰ ਤਾਂ ਗਲਤ ਨਹੀਂ ਹੈਗਾ, ਨਹੀਂ ਹੈਗਾ ਤਾਂ ਤੁਸੀਂ ਬੈਂਕ ਦੇ ਵਿੱਚ ਜਾ ਕੇ ਦੇਖ ਸਕਦੇ ਹੈ। 26 AS ਜਿਹੜਾ ਹੈਗਾ ਆ ਉਹ ਤੁਹਾਡੀ ਪੈਨ ਕਾਰਡ ਦੀ ਜਿਹੜੀ ਲੌਗਇਨ ਹੈ ਉਹਦੇ ਵਿੱਚੋਂ ਆਪਾਂ ਅਪਲੋਡ ਕਰਦੇ ਹਾਂ, ਲੇਕਿਨ ਜਿਹੜਾ ਫੋਰਮ 16 ਤੁਹਾਨੂੰ ਬੈਂਕ ਵੱਲੋਂ ਦਿੱਤਾ ਜਾਂਦਾ ਹੈ ਜਾਂ ਜਿਹਨੇ ਤੁਹਾਡਾ ਟੈਕਸ ਕੱਟਿਆ ਹੈ, ਮੰਨ ਲਓ ਕੋਈ ਕੰਟਰੈਕਟਰ ਹੈਗਾ ਆ, ਤੁਸੀਂ ਉਹਦਾ ਲੇਬਰ ਦਾ ਕੰਮ ਕੀਤਾ ਹੈਗਾ ਆ, ਉਹਨੇ ਤੁਹਾਨੂੰ ਫੋਰਮ 16 ਦਿੱਤਾ ਹੈ TDS ਕੱਟ ਕੇ, ਜਾਂ ਤੁਸੀਂ ਕਿਤੇ ਰੈਂਟਡ ਪ੍ਰੋਪਰਟੀ ਹੈਗੀ ਹੈ, ਮੰਨ ਲਓ ਬੈਂਕ ਨੇ ਰੈਂਟ ਪ੍ਰੋਪਰਟੀ ਲਈ ਹੋਈ ਆ ਜਾਂ ਕਿਸੇ ਕੰਸਰਨ ਨੇ ਲਈ ਹੋਈ ਆ, ਉਹ ਤੁਹਾਨੂੰ ਫੋਰਮ 16 ਕੱਟ ਕੇ ਦੇ ਰਿਹਾ ਆ। ਉਹਦਾ ਮਤਲਬ ਇਹ ਹੈ ਕਿ ਉਹਨੇ TDS ਜਿਹੜਾ ਆ ਤੁਹਾਨੂੰ ਫੋਰਮ 16 ਦਿੱਤਾ ਲੇਕਿਨ ਡਿਪੋਜ਼ਿਟ ਨਹੀਂ ਕਰਵਾਇਆ, ਕੁਛ ਇਹ ਪ੍ਰੋਬਲਮਸ ਆ ਸਕਦੀਆਂ। ਸੋ ਬੈਟਰ ਕਿ ਤੁਸੀਂ ਉਹਨੂੰ ਆਪਣੇ ਟੈਕਸ ਕੰਸਲਟੈਂਟ ਕੋਲ ਜਾ ਕੇ ਉਹਨੂੰ ਕਲੀਅਰ ਕਰਾਓ ਕਿ ਕਿੱਥੇ ਪ੍ਰੋਬਲਮ ਹੈਗੀ ਆ, ਉਸ ਤੋਂ ਬਾਅਦ ਜਿਹਨੇ ਫੋਰਮ 16 ਦਿੱਤਾ ਹੈ ਉਸ ਨਾਲ ਜਾ ਕੇ ਵਿਚਾਰ ਵਟਾਂਦਰਾ ਕਰੋ ਔਰ ਇਹਨੂੰ ਸਹੀ ਕਰਵਾਓ, ਉਹਨੂੰ ਫਿਰ ਉਹ ਸਹੀ ਆਪਣਾ ਬਿਲਕੁਲ ਉਹ ਸਹੀ ਹੋ ਸਕਦਾ ਹੈ, ਰਿਵਾਈਜ਼ ਹੋ ਜਾਂਦਾ, ਕੋਈ ਪ੍ਰੋਬਲਮ ਨਹੀਂ ਹੈਗਾ। ਅਤੇ ਇੱਕ ਸਾਨੂੰ ਕੁਐਸਚਨ ਆਇਆ ਜੀ ਕਿ ਉਹ ਮਕਾਨ ਬਣਾ ਰਹੇ ਨੇ, ਕੋਠੀ ਬਣਾ ਰਹੇ ਆਪਣੀ, ਅਤੇ ਉਹ ਕਹਿੰਦੇ ਕਿ ਠੇਕੇਦਾਰ ਨੂੰ ਮੈਂ ਕੰਟਰੈਕਟ ਦਿੱਤਾ ਹੋਇਆ, ਸਾਰਾ ਸਭ ਕੁਝ ਕੀਤਾ ਹੋਇਆ, ਕੀ ਮੈਨੂੰ ਕੋਈ ਉਹਦਾ TDS ਜਾਂ ਹੋਰ ਕਿਸੇ ਤਰੀਕੇ ਦਾ ਟੈਕਸ ਕੱਟਣ ਦੀ ਜ਼ਰੂਰਤ ਹੈ, ਜਾਂ ਵੀ ਮੈਂ ਆਪਣੀ ਪੇਮੈਂਟ ਦੇ ਰਿਹਾ ਆਪਣਾ ਟੈਕਸ ਆਪਣੇ ਆਪ ਜਮ੍ਹਾਂ ਕਰਾਏਗਾ, ਕਿਸ ਤਰੀਕੇ ਦੇ ਨਾਲ ਇਹ ਹੋਏਗਾ? ਨਹੀਂ, ਦੇਖੋ, ਗੌਰਮੈਂਟ ਨੇ ਕਹਿ ਦਿੱਤਾ ਇੰਡੀਵਿਜੁਅਲ ਜਿਹੜਾ ਹੈਗਾ ਹੈ ਜੇ ਉਹਨੇ ਕਿਸੇ ਠੇਕੇਦਾਰ ਨੂੰ ਕੋਈ ਆਪਣਾ ਪੇਮੈਂਟ ਕਰਨੀ ਹੈਗੀ ਹੈ ਉਹਦੇ ਉੱਪਰ ਬਕਾਇਦਾ 2% ਜਿਹੜਾ TDS ਕੱਟਿਆ ਜਾਏਗਾ, 2% TDS ਕੱਟ ਕੇ ਜਮ੍ਹਾਂ ਕਰਵਾਇਆ ਜਾਏਗਾ। ਅੱਛਾ, 2% TDS ਉਹਨੂੰ ਕੱਟ ਕੇ ਉਹਦੇ 'ਤੇ ਜਮ੍ਹਾਂ ਕਰਾਉਣਾ ਜ਼ਰੂਰੀ ਹੈ, ਅਤੇ ਉਹਦੇ ਲਈ ਤਾਂ ਫਿਰ ਉਹਨੂੰ TDS ਦੀ ਰਿਟਰਨ ਭਰਨੀ ਪਏਗੀ, ਨੰਬਰ ਲੈਣਾ ਪਏਗਾ? ਨਹੀਂ, ਉਹਨੂੰ 10 ਨੰਬਰ ਲੈਣ ਦੀ ਲੋੜ ਨਹੀਂ ਹੈਗੀ, ਉਹ ਇੰਡੀਵਿਜੁਅਲ ਨੂੰ ਜਿਹੜਾ ਆਡਿਟ ਕੇਸ ਨਹੀਂ ਹੈਗਾ ਉਹ ਆਪਣੇ ਪੈਨ 'ਤੇ ਵੀ ਜਿਹੜਾ ਟੈਕਸ ਉਹ ਜਮ੍ਹਾਂ ਕਰਵਾ ਸਕਦਾ ਹੈ, ਔਰ ਪੈਨ 'ਤੇ ਹੀ ਆਪਣੀ ਡਿਟੇਲ ਦੇ ਦੇਗਾ, ਪੈਨ 'ਤੇ ਡਿਟੇਲ ਦੇ ਦੇਗਾ, ਉਹਨੂੰ ਅਲੱਗ ਰਿਟਰਨ ਭਰਨ ਦੀ ਜਾਂ ਕੁਛ ਨਹੀਂ, ਉਹਨੂੰ ਲੋੜ ਨਹੀਂ ਹੈਗੀ, ਲੇਕਿਨ ਇਹ ਅਗਲੇ ਸਾਲ ਤੋਂ ਐਪਲੀਕੇਬਲ ਹੈ ਕੰਟਰੈਕਟਰ ਦੇ ਉੱਪਰ। ਅੱਛਾ, ਜਿਹੜਾ ਇੰਡੀਵਿਜੁਅਲ ਕੇਸ ਆ ਅਜੇ ਨਹੀਂ ਹੈ, ਨੈਕਸਟ ਈਅਰ ਤੋਂ ਹੋਏਗਾ। ਇੱਕ ਸਾਨੂੰ ਹੋਰ ਕੁਐਸਚਨ ਆਇਆ ਆ ਕਿ ਕੰਸਟਰਕਸ਼ਨ ਦਾ ਕੰਮ ਆ, ਹੁਣ ਜੇ ਕੰਸਟਰਕਸ਼ਨ ਦੀ ਗੱਲ ਚੱਲਦੀ ਸੀ ਤਾਂ ਉਹ ਨਾਲ ਦੀ ਨਾਲ ਹੋ ਜਾਂਦੀ ਆ, ਕਿ ਮੈਂ ਕਿਹਾ ਇਕੱਠੇ ਕੰਸਟਰਕਸ਼ਨ ਦੇ ਕੁਐਸਚਨ ਜਿਹੜੇ ਉਹ ਪੁੱਛ ਲਏ ਜਾਣ, ਅਤੇ ਉਹਨਾਂ ਦੀ ਕੰਸਟਰਕਸ਼ਨ ਕੰਪਨੀ ਆ ਪਾਰਟਨਰਸ਼ਿਪ ਫਰਮ ਆ, ਅਤੇ ਲੇਕਿਨ ਨਾਲ ਦੀ ਨਾਲ ਹੁਣ ਉਹ ਡੈਰੀ ਫਾਰਮ ਖੋਲ੍ਹਣਾ ਚਾਹੁੰਦੇ ਆ। ਉਹ ਕਹਿੰਦੇ ਕਿ ਅਸੀਂ ਦੋ ਹੀ ਜਿਹੜੇ ਪਾਰਟਨਰ ਜਿੰਨੇ ਵੀ ਹੈਗੇ ਆ ਉਹ ਕਹਿੰਦੇ ਅਸੀਂ ਰਲ ਕੇ ਪਹਿਲਾਂ ਕੰਸਟਰਕਸ਼ਨ ਦਾ ਕੰਮ ਕਰਦੇ, ਹੁਣ ਅਸੀਂ ਡੈਰੀ ਫਾਰਮ ਖੋਲ੍ਹਣਾ ਚਾਹੁੰਦੇ ਹਾਂ, ਕਿ ਜਿਹੜੀ ਸਾਡਾ ਇਸੇ ਫਰਮ ਦੇ ਵਿੱਚ ਕੰਸਟਰਕਸ਼ਨ ਵਾਲੀ ਫਰਮ ਦੇ ਵਿੱਚ ਅਸੀਂ ਡੈਰੀ ਫਾਰਮਿੰਗ ਦਾ ਕੰਮ ਕਰ ਸਕਦੇ ਹਾਂ, ਜਾਂ ਉਹਨਾਂ ਨੂੰ ਅਲੱਗ ਫਰਮ ਖੋਲ੍ਹਣੀ ਪਏਗੀ? ਕਿਸ ਤਰੀਕੇ ਨਾਲ ਉਹਨੂੰ ਆਪਣੇ ਸਿਸਟਮ ਨੂੰ ਪਾਰਟਨਰ ਉਹੀ ਨੇ ਜਿਹੜੇ ਕੰਸਟਰਕਸ਼ਨ ਕੰਪਨੀ ਦੇ ਵਿੱਚ ਆ? ਦੇਖੋ, ਬੜਾ ਅੱਛਾ ਕੁਐਸਚਨ ਹੈਗਾ ਉਹਨਾਂ ਦਾ, ਠੀਕ ਹੈ। ਕੀ ਇਹਦੇ ਵਿੱਚ ਹੋ ਕੇ ਸਕਦਾ ਹੈ, ਪਹਿਲਾਂ ਆਪਾਂ ਨੂੰ ਪਾਰਟਨਰਸ਼ਿਪ ਡੀਡ ਦੇਖਣੀ ਪਏਗੀ ਕਿ ਉਹਦੇ ਉੱਪਰ ਲਿਖਿਆ ਕੀ ਹੋਇਆ ਆ, ਕੀ ਉਹਦੇ ਉੱਪਰ ਪ੍ਰੋਵੀਜ਼ਨ ਸੀਗੀ ਕਿ ਇਹ ਗੱਲ ਕੰਸਟਰਕਸ਼ਨ ਤੋਂ ਇਲਾਵਾ ਕੋਈ ਹੋਰ ਕੰਮ ਇਹਦੇ ਵਿੱਚ ਕਰ ਸਕਦੇ ਆ। ਜੇ ਉਹਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਤਾਂ ਅਸੀਂ ਜਿਹੜੀ ਉਹ ਡੀਡ ਹੈਗੀ ਆ, ਜਿਹੜੀ ਓਰੀਜਨਲ ਡੀਡ ਸੀਗੀ, ਉਹਨੂੰ ਅਮੈਂਡ ਕਰ ਸਕਦੇ ਹਾਂ। ਉਹ ਅਮੈਂਡ ਕਰਕੇ ਅਸੀਂ ਉਹਦੇ ਵਿੱਚ ਲਿਖ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ, ਪਲੱਸ ਜੇ ਤੁਸੀਂ ਉਹਦਾ ਨੇਮ ਵੀ ਚੇਂਜ ਕਰਨਾ ਚਾਹੁੰਦੇ ਹੋ ਉਹਦਾ ਨੇਮ ਵੀ ਚੇਂਜ ਹੋ ਜਾਏਗਾ, ਪਰ ਤੁਹਾਡਾ ਜਿਹੜਾ ਪੈਨ ਨੰਬਰ ਹੈ ਉਹੀ ਰਹਿ ਜਾਏਗਾ। ਤੁਹਾਨੂੰ ਉਹ ਨੇਮ ਦੇ ਵਿੱਚ ਜਿਹੜੀ ਅਮੈਂਡਮੈਂਟ ਹੈਗੀ ਆ ਉਹ ਆਪਣੀ ਪਹਿਲਾਂ ਪਾਰਟਨਰਸ਼ਿਪ ਫਰਮ ਚੰਡੀਗੜ੍ਹ ਭੇਜਣੀ ਪਏਗੀ, ਜਿਹੜਾ ਆਪਣਾ ਪੰਜਾਬ ਨੂੰ ਡੀਲ ਕਰਦੇ ਹਾਂ, ਉੱਥੋਂ ਰਜਿਸਟਰਡ ਹੋ ਜਾਏਗੀ, ਦੁਆਰਾ ਉੱਥੇ ਮੋਡੀਫਿਕੇਸ਼ਨ ਆ ਜਾਏਗੀ, ਦੈਨ ਉਸ ਤੋਂ ਤੁਹਾਨੂੰ ਜਿਹੜਾ ਪੈਨ ਨੰਬਰ ਹੈ ਉਹ ਨੇਮ ਚੇਂਜ ਕਰਨਾ ਪਏਗਾ। ਬਸ ਇਹ ਦੋ ਚੀਜ਼ਾਂ ਹੈਗੀਆਂ, ਬਾਕੀ ਸਭ ਉਸ ਤਰ੍ਹਾਂ ਹੀ ਚੱਲੇਗਾ, ਕੋਈ ਪ੍ਰੋਬਲਮ ਨਹੀਂ ਹੈਗੀ। ਮੁਕੇਸ਼ ਜੀ, ਅਤੇ ਹੁਣ ਆਪਣਾ ਪ੍ਰੋਗਰਾਮ ਜਿਹੜਾ ਆ ਸਮਾਪਤੀ ਦਾ ਟਾਈਮ ਹੋ ਗਿਆ, ਅਤੇ ਮੈਂ ਆਪਣੇ ਇੱਕ ਗੱਲ ਹੋਰ ਹੈਗੀ ਹੈ, GST ਜਿਹੜੇ ਦੀ 5 ਕਰੋੜ ਤੋਂ ਉੱਪਰ ਹੀ ਟਰਨਓਵਰ ਹੈਗੀ, ਉਹਨਾਂ ਦੀ ਵੀ 31 ਜੁਲਾਈ ਲਾਸਟ ਡੇਟ ਹੈ ਆਡਿਟ ਕਰਵਾਉਣ ਦੀ। ਅੱਛਾ, 31 ਜੁਲਾਈ ਜਿਹੜਾ ਆ, ਜਿਹੜੀ 5 ਕਰੋੜ ਤੋਂ ਉੱਪਰ ਟਰਨਓਵਰ ਹੈਗੀ ਆ ਉਹਨਾਂ ਦੀ ਜਿਹੜੀ ਲਾਸਟ ਡੇਟ ਹੈ ਉਹ 31 ਜੁਲਾਈ ਹੈਗੀ ਹੈ। ਉਹ ਪਲੀਜ਼ ਕਹਿ ਦਿਓ ਕਿ ਕਿਸੇ ਨੁਕਸਾਨ ਨਾ ਹੋ ਜਾਵੇ, ਕਿਉਂਕਿ ਨੋਰਮਲੀ ਲੋਕਾਂ ਦੇ ਮਾਇੰਡ 'ਚ ਇਹ ਹੈ ਕਿ 31 ਅਗਸਤ 'ਤੇ ਆਓ ਵੀ। ਓਕੇ ਓਕੇ,
ਉਹ 31 ਅਗਸਤ ਨਹੀਂ ਹੈ। ਜਿਹਨਾਂ ਦੀ 5 ਕਰੋੜ ਤੋਂ ਉੱਪਰ ਟਰਨ ਓਵਰ ਹੈ ਉਹ ਆਪਣੀ 31 ਜੁਲਾਈ ਹੈਗੀ ਹੈ। ਜਿਹਨਾਂ ਦੀ 1.5 ਕਰੋੜ ਤੱਕ ਟਰਨ ਓਵਰ ਹੈਗੀ ਹੈ ਉਹਨਾਂ ਦੀ 31 ਅਗਸਤ ਹੈਗੀ ਹੈ। ਜਿਹਨਾਂ ਦੀ 1.5 ਕਰੋੜ ਤੋਂ ਨੀਚੇ ਹੈਗੀ ਹੈ ਉਹਨਾਂ ਦੀ 30 ਸਪਤੰਬਰ ਹੈਗੀ। ਅਤੇ ਉਹਦੇ ਵਿੱਚ ਇਹਨਾਂ ਦੀ ਡੇਟ ਤਾਂ ਨਹੀਂ ਕੋਈ ਚੇਂਜ ਹੋਈ? ਨਹੀਂ, ਉਹਨਾਂ ਦੀ ਕੋਈ ਡੇਟ ਨਹੀਂ ਕਹਿੰਦੇ। ਚਲੋ ਜੀ, ਇੱਕ ਬਿਹਤਰ ਜਾਣਕਾਰੀ ਸਾਡੇ ਦਰਸ਼ਕਾਂ ਦੇ ਲਈ, ਜਿਨ੍ਹਾਂ ਦੀ 5 ਕਰੋੜ ਤੋਂ ਉੱਪਰ ਟਰਨ ਓਵਰ ਆ ਉਹਨਾਂ ਦੀ 31 ਜੁਲਾਈ GST ਦੇ ਲਈ ਹੈਗੀ ਆ। ਆਪਣਾ ਉਸ ਤੋਂ ਪਹਿਲਾਂ ਜਿਹੜੇ ਆ ਥੋੜ੍ਹੇ ਦਿਨ ਰਹਿ ਗਏ, ਹੁਣ ਤਾਂ 2-3 ਦਿਨ, ਬੜੀ ਤੇਜ਼ੀ ਦੇ ਨਾਲ ਉਸ ਕੰਮ ਨੂੰ ਆਪਣੇ ਨੂੰ ਸਵਾਰ ਕੇ ਅਤੇ ਆਪਣੀਆਂ ਟਾਈਮ ਦੇ ਨਾਲ ਰਿਟਰਨਾਂ ਭਰੀਏ ਅਤੇ ਟੈਨਸ਼ਨਾਂ ਤੋਂ ਜਿਹੜੀਆਂ ਉਹ ਬਚੀਏ। ਅਤੇ ਜਿੱਦਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਹਰ ਵਾਰ ਅਸੀਂ ਤੁਹਾਡੇ ਲਈ ਇਹ ਪ੍ਰੋਗਰਾਮ ਟੋਕ ਔਨ ਟੈਕਸ ਲੈ ਕੇ ਆਉਂਦੇ ਹਾਂ ਅਤੇ ਤੁਹਾਡੀ ਅਸੀਂ ਬਿਹਤਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੀ ਦੀ। ਅਗਰ ਤੁਹਾਡੇ ਮਨ ਵਿੱਚ ਕੋਈ ਵੀ ਕੁਐਸਚਨ ਹੋਵੇ, ਸਾਨੂੰ ਥੱਲੇ ਦਿੱਤੇ ਹੈਲਪਲਾਈਨ ਨੰਬਰ ਦੇ ਉੱਤੇ ਤੁਸੀਂ ਆਪਣਾ ਕੁਐਸਚਨ ਕਿਸੇ ਵੀ ਮਾਧਿਅਮ ਦੇ ਰਾਹੀਂ ਜਿਹੜਾ ਆ ਭੇਜ ਸਕਦੇ ਹੋ। ਅਤੇ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਸਟੂਡੀਓ ਵਿੱਚ ਆ ਕੇ ਸਾਡੇ ਦਰਸ਼ਕਾਂ ਨੂੰ ਇੱਕ ਬਿਹਤਰੀਨ ਜਿਹੜੀ ਹੈ ਟੈਕਸ ਨਾਲ ਰਿਲੇਟਡ ਜਾਣਕਾਰੀ, ਨੌਲੇਜ, ਹਰ ਚੀਜ਼ ਦੇਣ ਦਾ। ਥੈਂਕ ਯੂ ਸਰ।